ਡੋਰ ਟੂ ਡੋਰ ਕੀਤਾ ਜਾ ਰਿਹਾ ਹੈ ਭਾਰਤੀ ਜਨਤਾ ਪਾਰਟੀ ਔਰ PLC ਵੱਲੋਂ। ਇਹਦਾ ਬਹੁਤ ਭਰਵਾਂ ਹੁੰਗਾਰਾ ਮਿਲ ਰਿਹਾ, ਲੋਕਾਂ ਨੂੰ ਬੜਾ ਚਾਅ ਹੈ ਕਿ ਉੱਪਰ ਮੋਦੀ ਜੀ ਦੀ ਸਰਕਾਰ ਹੈ, ਜੇ ਥੱਲੇ ਵੀ ਮੋਦੀ ਸਰਕਾਰ ਬਣ ਜੂ ਤਾਂ ਸਾਡੇ ਸਾਰੇ ਕੰਮ ਪੂਰੇ ਹੋਣਗੇ। ਕਿਉਂਕਿ ਪੰਜਾਬ ਦੇ ਅੰਦਰ ਹਮੇਸ਼ਾ ਹੀ ਰਿਹਾ ਕਿ ਉੱਪਰ ਸਰਕਾਰ ਉਲਟ ਹੁੰਦੀ ਹੈ, ਥੱਲੇ ਸਰਕਾਰ ਹੋਰ ਹੁੰਦੀ ਹੈ, ਲੋਕਾਂ ਦੇ ਕੰਮ ਨਹੀਂ ਹੁੰਦੇ। ਬੜੇ ਲੰਮੇ ਟਾਈਮ ਤੋਂ ਲੋਕ ਹੈ ਜਿਹੜੇ ਇਸ ਅੰਦਾਵ ਨੂੰ ਭੋਗ ਰਹੇ ਹੈ, ਅਤੇ ਲੋਕ ਇਹ ਤੋਂ ਪਿੱਛਾ ਛੁਡਾਉਣਾ ਚਾਹੁੰਦੇ ਹੈ ਕਿ ਉੱਪਰ ਜਿਸ ਤਰ੍ਹਾਂ ਸਰਕਾਰ ਹੈ ਅਤੇ ਅਸੀਂ ਵੱਧ ਤੋਂ ਵੱਧ ਵੋਟਾਂ ਪਾ ਕੇ ਨੀਚੇ ਵੀ ਮੋਦੀ ਦੀ ਸਰਕਾਰ ਬਣਾਵਾਂਗੇ, ਤਾਂ ਕਿ ਅਸੀਂ ਆਪਣੇ ਬੱਚਿਆਂ ਦਾ ਰੁਜ਼ਗਾਰ ਔਰ ਭਵਿੱਖ ਔਰ ਇੰਡਸਟਰੀ ਨੂੰ ਪੰਜਾਬ ਦੇ ਵਿੱਚ ਦੇਖ ਸਕੀਏ। ਅੱਜ ਅਸੀਂ ਭਾਰਤੀ ਜਨਤਾ ਪਾਰਟੀ ਅਤੇ ਲੋਕ ਕਾਂਗਰਸ ਪਾਰਟੀ ਵੱਲੋਂ ਅਸੀਂ ਸ਼ਹਿਰ ਵਿੱਚ ਡੋਰ ਟੂ ਡੋਰ ਕੀਤਾ ਅਤੇ ਲੋਕਾਂ ਦਾ ਇੰਨਾ ਭਰਵਾਂ ਹੁੰਗਾਰਾ ਮਿਲਿਆ, ਮੈਨੂੰ ਲੱਗਦਾ ਨਹੀਂ ਵੀ ਸ਼ਹਿਰ ਦੀ ਇੱਕ ਵੀ ਵੋਟ ਬਾਹਰ ਜਾਊਗੀ, ਸਾਰੀ ਦੀ ਸਾਰੀ ਵੋਟ ਮੋਦੀ ਸਾਹਿਬ ਦੀ ਝੋਲੀ 'ਚ ਜਾਊਗੀ। ਅਤੇ ਬਹੁਤ ਵਧੀਆ ਉਤਸਾਹ ਨੇ ਲੋਕ, ਸਾਨੂੰ ਜਿਵੇਂ ਕਹਿੰਦੇ ਕਿਤੇ ਲੱਡੂ ਖਵਾਉਂਦੇ ਆ, ਕਿਤੇ ਚਾਹਾਂ ਪਿਆਉਂਦੇ ਆ, ਰੋਕ ਰੋਕ ਕੇ ਸਾਡਾ ਮਾਣ ਤਾਣ ਕਰਦੇ ਆ ਵੀ ਸਾਡੇ ਕੋਲ ਤੁਸੀਂ ਆਏ ਤਾਂ ਸੀ। ਅਤੇ ਸਾਨੂੰ ਪਤਾ ਵੀ ਸਾਰਾ ਸਮਾਜ ਇੱਕ ਵਾਰੀ ਜਗਾਉਣ ਦੀ ਲੋੜ ਹੈ, ਸਾਰਾ ਦਾ ਸਾਰਾ ਇੱਕ ਬਹੁਤ ਵਧੀਆ ਲਹਿਰ ਬਣ ਕੇ ਐਕਤੀ ਸਾਰੀਆਂ ਪੰਜਾਬ ਦੀਆਂ ਵੋਟਾਂ ਸਰਕਾਰ ਪੰਜਾਬ ਦੇ ਵਿੱਚ ਮੋਦੀ ਸਰਕਾਰ। 2022 ਦੇ ਚੋਣ ਮੁਕਾਬਲੇ ਦੀ ਸ਼ੁਰੂ ਹੋ ਚੁੱਕੀ ਹੈ ਜੰਗ, ਹੁਣ ਹੈ ਤੁਹਾਡੀ ਵਾਰੀ, ਸਰਕਾਰ ਦੀ ਖਤਮ ਹੋਈ ਪਾਰੀ, ਪੁੱਛਾਂਗੇ ਤੁਹਾਡੇ ਸਵਾਲ, ਇਹਨੇ ਸਾਲ ਕਿੱਥੇ ਰਹੀ ਸਰਕਾਰ, ਮੁਫਤ ਬਿਜਲੀ ਮੁਫਤ ਸਹੂਲਤਾਂ, ਵਪਾਰ ਲਈ ਨਵਾਂ ਕੀ, ਉਦਯੋਗ ਨੂੰ ਕਿਵੇਂ ਆਏਗਾ ਸਾਹ, ਨੌਜਵਾਨਾਂ ਦੀ ਵੀ ਪਾਵਾਂਗੇ ਬਾਤ, ਖਬਰ ਹਰ ਪਲ ਦਿਨ ਹੋਵੇ ਜਾਂ ਰਾਤ, ਜਨਤਾ ਕਰੇਗੀ ਤੈਅ, ਪਹਿਲੇ ਦਿਨ ਤੋਂ ਨਤੀਜਿਆਂ ਤੱਕ ਹਰ ਅਪਡੇਟ ਪਹੁੰਚਾਵਾਂਗੇ ਤੁਹਾਡੇ ਤੱਕ। 2022 ਕਿਸ ਦਾ ਪੰਜਾਬ।